दोस्तों, आज 2 जनवरी है और आज है नेशनल साइंस फिक्शन डे। और ये दिन हर साल 2 जनवरी नु इस करके मनाया जाता है क्योंकि इस दिन साइंस फिक्शन ऑथर इसाक एसिमोव दा जन्मदिन हुंदा है। और वो साइंस फिक्शन राइटर सन और उन्होंने साइंस फिक्शन दे ऊपर बहुत सारियां किताबां लिखियां हन। इसे करके हर साल उन्हां दी जन्म शताब्दी नु नेशनल साइंस फिक्शन डे दे तौर दे ऊपर याद कीता जांदा है। सो जेकर तुहानूं वी साइंस दे विच इंटरस्ट है और नाल-नाल तुहाडी इमेजिनेशन वी बहुत वधिया वाली है और तुसीं सोचदे हो कि दुनिया दे विच एदां क्यों है, एदां क्यों होया और एदां जे होया ते क्यों होया, मैनूं लगदा है कि कुछ इस तरह होना चाहिदा सी। जे असीं इंसान हां, बाय चांस ਸਾਡਾ ਏਲੀਅਨਸ ਦੇ ਨਾਲ ਰਿਲੇਸ਼ਨਸ਼ਿਪ ਹੁੰਦਾ, ਅਸੀਂ ਉਹਨਾਂ ਦੇ ਨਾਲ ਮਿਲਦੇ ਵਰਤਦੇ, ਅਸੀਂ ਵੀ ਦੂਜੇ ਗ੍ਰਹਿਆਂ ਦੇ ਉੱਪਰ ਜਾਂਦੇ, ਤੇ ਬਸ ਫਿਰ ਤੁਹਾਡੀ ਵੀ ਸਾਇੰਸ ਔਰ ਫਿਕਸ਼ਨ ਦੇ ਨਾਲ ਦੋਸਤੀ ਜਿਹੜੀ ਉਹ ਗਹਿਰੀ ਹੈ ਔਰ ਤੁਸੀਂ ਵੀ ਆਪਣੀ ਇਮੇਜਿਨੇਸ਼ਨ ਨੂੰ ਸਾਇੰਸ ਦੇ ਨਾਲ ਜੋੜ ਕੇ ਕੁਝ ਵੀ ਸੋਚ ਸਕਦੇ ਹੋ ਤੇ ਕੁਝ ਵੱਖਰਾ ਕ੍ਰੀਏਟ ਕਰ ਸਕਦੇ ਹੋ। ਔਰ ਬਸ ਇਸੇ ਸੋਚ ਨੂੰ ਆਥਰ ਇਸਾਕ ਐਸਿਮੋਵ ਨੇ ਆਪਣੀਆਂ ਕਿਤਾਬਾਂ ਦੇ ਵਿੱਚ ਉਤਾਰਿਆ ਔਰ ਹਰ ਸਾਲ ਸੈਲੀਬ੍ਰੇਟ ਕੀਤਾ ਜਾਂਦਾ ਹੈ ਉਹਨਾਂ ਦੀ ਬਰਥ ਐਨੀਵਰਸਰੀ ਵਾਲੇ ਦਿਨ ਨੈਸ਼ਨਲ ਸਾਇੰਸ ਫਿਕਸ਼ਨ ਡੇ। ਇਸਾਕ ਐਸਿਮੋਵ ਬੋਸਟਨ ਯੂਨੀਵਰਸਿਟੀ ਦੇ ਵਿੱਚ ਬਾਇਓਕੈਮਿਸਟਰੀ ਦੇ ਪ੍ਰੋਫੈਸਰ ਸਨ ਤੇ ਉਹਨਾਂ ਦਾ ਜਨਮ ਦਿਨ ਜਿਹੜਾ ਆਉਂਦਾ ਹੈ 2 ਜਨਵਰੀ ਨੂੰ ਆਉਂਦਾ ਹੈ ਔਰ ਜਨਮ ਹੋਇਆ ਸੀ ਸਾਲ 1920 ਦੇ ਵਿੱਚ। ਸੋ ਜੇਕਰ ਤੁਹਾਨੂੰ ਵੀ ਸਾਇੰਸ ਫਿਕਸ਼ਨ ਦੇ ਵਿੱਚ ਇੰਟਰਸਟ ਹੈ ਔਰ ਤੁਸੀਂ ਵੀ ਆਪਣੀ ਸੋਚ ਨੂੰ ਸਾਇੰਸ ਦੇ ਨਾਲ ਜੋੜ ਕੇ ਵੇਖਦੇ ਹੋ ਔਰ ਆਪਣੇ ਤਰੀਕੇ ਦੇ ਉੱਪਰ ਕਹਾਣੀਆਂ ਕ੍ਰੀਏਟ ਕਰਦੇ ਹੋ ਤੇ ਫਿਰ ਤੁਹਾਡੇ ਲਈ ਨੈਸ਼ਨਲ ਸਾਇੰਸ ਫਿਕਸ਼ਨ ਡੇ ਤੋਂ ਵਧੀਆ ਕੋਈ ਹੋਰ ਦਿਨ ਹੋ ਹੀ ਨਹੀਂ ਸਕਦਾ। ਸੋ ਜਾਂ ਤੇ ਖੁਦ ਕੁਝ ਕ੍ਰੀਏਟ ਕਰੋ ਤੇ ਜਾਂ ਫਿਰ ਮਾਰਕੀਟ ਦੇ ਵਿੱਚੋਂ ਸਾਇੰਸ ਫਿਕਸ਼ਨ ਦੀਆਂ ਕਿਤਾਬਾਂ ਲੈ ਕੇ ਆਓ ਤੇ ਉਹਨਾਂ ਨੂੰ ਪੜ੍ਹਨਾ ਸ਼ੁਰੂ ਕਰੋ। ਉਮੀਦ ਹੈ ਤੁਹਾਨੂੰ ਸਾਡਾ ਅੱਜ ਦਾ ਐਪੀਸੋਡ ਜ਼ਰੂਰ ਪਸੰਦ ਆਇਆ ਹੋਵੇਗਾ। ਫਿਲਹਾਲ ਦੇ ਲਈ ਮੈਨੂੰ ਜਸਪ੍ਰੀਤ ਨੂੰ ਦਿਓ ਇਜਾਜ਼ਤ, ਪਰ ਤੁਸੀਂ ਬਣੇ ਰਹੋ ਸੇਮ ਸੋਲਜਰ ਟਾਈਮਜ਼ ਨਾਲ ਫੇਸਬੁੱਕ ਅਤੇ ਯੂਟਿਊਬ ਉੱਤੇ।